ਮੁਹੰਮਦ ਮੁਸਤਾਫਾ ਕਹਿੰਦੇ ਨੇ ਕਿ ਅਸੀਂ ਮਗਰਮੱਛਾ ਨੂੰ ਮਤਲਬ ਕੋਈ ਵੀ ਨਹੀਂ ਛੱਡਿਆ ਹੁਣ ਤੇ ਪਰ ਫਿਰ ਵੀ ਨਸ਼ਾ ਆ ਰਿਹਾ ਕਿੱਥੋਂ ਆ ਰਿਹਾ ਕਿਵੇਂ ਇਹ ਚੀਜ਼ਾਂ ਕਿਵੇਂ ਪੈਦਾ ਹੋ ਰਹੀਆਂ ਫਿਰ ਵੀ ਜੇ ਪੁਲਿਸ ਮੁਲਾਜ਼ਮਾਂ ਜਾਂ ਪੁਲਿਸ ਦੀ ਜਿਹੜੀ ਛਵੀ ਹੈਗੀ ਆ ਸਾਫ਼ ਸੁਥਰੀ ਹੋਵੇ ਨਸ਼ਾ ਕਿਵੇਂ ਪਨਪ ਸਕਦਾ ਹੈ ਪੰਜਾਬ ਦੇ ਵਿੱਚ ਇੱਕਦਮ ਸਾਰਾ ਕੁਝ ਹੋਣਾ ਸੁਨੀਲ ਜਾਖੜ ਹੋਣਾ ਨੂੰ ਵੀ ਇਹ ਲੱਗਿਆ ਕਿ ਇੱਕ ਪਾਸੇ ਅਮਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਇਸਤਾ ਜੀ ਨੇ ਸ਼ੇ ਬਹੁਤ ਛੜਾ ਰਹੇ ਆ ਦੂਜੇ ਪਾਸੇ ਕੁਲਬੀਰ ਸਿੰਘ ਜੀਰਾ ਕਹਿ ਰਿਹਾ ਜੀ ਇੱਥੇ ਤਾਂ दारू ਬਹੁਤ ਨਿਕਲਦੀ ਆ ਜੀ दारू ਦੇ ਕੇਸ ਬਹੁਤ ਨੇ ਜੀ ਤੇ ਸਮੱਗਲਰ ਨੇ ਜੀ ਇੱਥੇ ਇਹ ਇਹੋ ਜੀ ਜਦੋਂ ਰਖਵਾਲੇ ਹੀ ਕਹਿੰਦੇ ਜਦੋਂ ਬਾੜੀ ਖੇਤ ਨੂੰ ਖਾਂ ਲੱਗਦੇ ਫਿਰ ਰਖਵਾਲਾ ਕੌਣ ਹੈ ਸਿੱਧਾ ਕਿਹਾ ਜਾ ਸਕਦਾ ਹੈ ਕਿ ਕੁੱਤੀ ਚੋਰ ਨਾਲ ਰਲਿਆ ਹੋਇਆ ਉਸੇ ਟਾਈਮ ਅਗਰ ਕਾਰਵਾਈ ਨਹੀਂ ਹੁੰਦੀ ਜਿੰਨਾ ਟਾਈਮ ਕੈਪਟਨ ਮਨਿੰਦਰ ਸਿੰਘ ਨੇ ਦਿੱਤਾ ਸੀਗਾ ਉਦੋਂ ਐਮਐਲਏ ਕਿੱਥੇ ਸੀਗੇ ਉਦੋਂ ਕਿਉਂ ਨਹੀਂ ਆਵਾਜ਼ ਚੱਕਦੇ ਇਹ ਚੋਣਾਂ ਦੇ ਨੇੜੇ ਆ ਕੇ ਕਿਉਂ ਇਹ ਹੱਲਾ ਗੁੱਲਾ ਸ਼ੋਰ ਸ਼ਰਾਬਾ ਕਰ ਲਿਆ ਜਾਂਦਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਿਹੜਾ ਇੰਨਾ ਫੈਸਾਰਾ ਆ ਆਪਣੀ ਐਮਐਲਏ ਨੂੰ ਉਹਨਾਂ ਨੇ ਉਹਦੀ ਕੁਰਬਾਨੀ ਲੈ ਲਈ ਜਦਕਿ ਪੁਲਿਸ ਤੇ ਕੋਈ ਐਕਸ਼ਨ ਨਹੀਂ ਸਸਿਕਾਲ ਪ੍ਰੋਗਰਾਮ ਗੱਲ ਸੱਚੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਮਐਲਏ ਕੁਲਬੀਰ ਸਿੰਘ ਜ਼ੀਰਾ ਦੇ ਬਾਰੇ ਜਿਨ੍ਹਾਂ ਨੂੰ ਕਾਂਗਰਸ ਨੇ ਬੜੀ ਹੀ ਛੇਤੀ ਬੜੀ ਹੀ ਕਾਲੀ ਦੇ ਨਾਲ ਮੁਅਤਲ ਕਰ ਦਿੱਤਾ ਹੈ ਉਹਨਾਂ ਦੇ ਮਾਮਲੇ ਤੇ ਇਹ ਕਿਹਾ ਗਿਆ ਹੈ ਕਿ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਆਵਾਜ਼ ਉਠਾਈ ਸੀ ਬੀਤੇ ਕੁਝ ਦਿਨ ਪਹਿਲਾਂ ਉਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਉਸ ਉੱਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਅਤੇ ਿਰਵਿੰਦਰ ਆਲੂਵਾਲੀਆ ਅਰਵਿੰਦਲ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਹੱਥ ਵਿੱਚ ਗੁਟਕਾ ਫੜ ਕੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ 12 ਤਰੀਕ ਨੂੰ ਬਿਆਨ ਆਇਆ 16 ਤਰੀਕ ਆਂਦੇ ਆਂਦੇ ਆਂ ਜੀਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਨਸ਼ਿਆਂ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਪਾਸੇ ਡਾਟਾ ਪੇਸ਼ ਕਰਦੇ ਨੇ ਕਿ ਜੀ ਅਸੀਂ 3 ਲੱਖ ਲੋਕਾਂ ਨੂੰ ਨਸ਼ਾ ਛਡਾਇਆ 2018 ਦੇ ਵਿੱਚ ਦੂਜੇ ਪਾਸੇ ਉਹ ਗੱਲ ਕਰਦੇ ਨੇ ਉਹਨਾਂ ਦੇ ਵਿੱਚੋਂ 25000 ਸਮੈਕ ਜਾਂ ਹਿਰੋਇਨ ਦੇ ਸ਼ਕੰਜੇ ਦੇ ਵਿੱਚ ਸੀਗੇ 25000 ਨਸ਼ੇੜੀ 3 ਲੱਖ ਦੇ ਵਿੱਚੋਂ ਉਹ ਸੀਗੇ ਜਿਹੜੇ ਕਿ ਹਿਰੋਇਨ ਦੇ ਸ਼ਕੰਜੇ ਦੇ ਵਿੱਚ ਸੀਗੇ ਥੈਟ ਮੀਨਸ 2018 ਦੇ ਵਿੱਚ ਵੀ ਨਸ਼ਾ ਸਪਲਾਈ ਹੁੰਦਾ ਰਿਹਾ ਹੈ ਜੇ ਤੁਸੀਂ ਨਸ਼ਾ ਛਡਾ ਰਹੇ ਹੋ ਤੇ ਉਹਦੇ ਵਿੱਚ ਐਡਮਿਟ ਹੋ ਰਹੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਤਾਂ ਨਸ਼ੇ ਦਾ ਹੀ ਫਲੋ ਕਿਤੇ ਨਾ ਕਿਤੇ ਹੈਗਾ ਹੈ ਪੰਜਾਬ ਦੇ ਵਿੱਚ ਇਹ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਦੂਜੇ ਪਾਸੇ ਜਿਹੜਾ ਜੀਰੇ ਨੂੰ ਸਸਪੈਂਡ ਕੀਤਾ ਗਿਆ ਹਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿੰਨੀ ਦੇਰ ਲਈ ਮੁਅਤਲ ਕੀਤਾ ਉਹਨਾਂ ਨੂੰ ਪਰ ਉਥੇ ਸਾਫ਼-ਸਾਫ਼ ਇਹ ਦਿਖ ਰਿਹਾ ਹੈ ਕਿ ਕਾਂਗਰਸ ਨੇ ਨਹੀਂ ਇਹ ਜਾਖੜ ਸਾਹਿਬ ਹੋਣਾ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਕਿਉਂਕਿ ਉਹ ਉਹਨਾਂ ਦੇ ਚਾਹੇਤੇ ਅਫਸਰ ਦੇ ਅਗੇਂਸਟ ਬੋਲੇ ਜੀ ਪਰਮਿੰਦਰ ਇੱਥੇ ਇਹੀ ਹੈ ਚਾਹੇਤੇ ਅਫਸਰ ਆਈਜੀ ਮੁਖਵਿੰਦਰ ਸਿੰਘ ਛੀਨਾ ਦੇ ਉੱਤੇ ਸਵਾਲ ਉੱਠ ਰਹੇ ਨੇ ਉਹਨਾਂ ਨੇ ਸਟੇਜ ਤੋਂ ਸ਼ਰਿਆਮ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਈਜੀ ਮੁਖਵਿੰਦਰ ਛੀਨਾ ਜਿਹੜੇ ਮਾਫੀਆ ਨੂੰ ਸਪੋਰਟ ਕਰਦੇ ਨੇ ਬਿਲਕੁਲ ਅਲੀਗੇਸ਼ਨ ਤਾਂ ਜਿਹੜੇ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰੂਫ ਜਿਹੜੇ ਪੇਸ਼ ਕੀਤੇ ਨੇ ਲੋਕਾਂ ਸਾਹਮਣੇ ਜਿੱਦਾਂ ਤੁਸੀਂ ਵੀਡੀਓ ਵਾਇਰਲ ਹੋਈ ਹੈ ਦੇਖਿਆ ਹੈ ਜੀ ਤੇ ਕਿੰਨੇ ਹੀ ਕੇਸ ਜਿਹੜੇ ਉਹਨਾਂ ਨੇ ਦੱਸਿਆ ਕਿ ਦੇਖੋ ਇਹ ਦਰਜ ਹੋਏ ਲੇਕਿਨ ਕੈਂਸਲ ਕਰਵਾ ਦਿੱਤੇ ਗਏ ਹੈ ਲੇਕਿਨ ਉਹਦੇ ਵਿੱਚ ਇੱਕ ਹੋਰ ਗੱਲ ਦੇਖਣ ਵਾਲੀ ਹੈ ਕਿ ਜ਼ਿਆਦਾਤਰ ਜਿਹੜੇ ਕੇਸ ਹੈਗੇ ਉਹ ਸ਼ਰਾਬ ਨਾਲ ਸੰਬੰਧਿਤ ਨੇ ਤੇ ਜਿਹੜਾ ਇਹ ਡਰੱਗ ਮਾਫੀਆ ਹੈ ਇਹਦੇ ਇਹ ਅਲੱਗ ਚੀਜ਼ ਉੱਥੇ ਆ ਜਾਂਦੀ ਹੈ ਕਿ ਸ਼ਰਾਬ ਨਾਲ ਸੰਬੰਧਿਤ ਬਹੁਤ ਸਾਰੇ ਠੇਕੇਦਾਰ ਵੀ ਨੇ ਜਾਂ ਇਲੀਗਲ ਜਿਹੜੀ ਸ਼ਰਾਬ ਹੈਗੀ ਆ ਉਹਨੂੰ ਸਪਲਾਈਅਰ ਨੇ ਉਹਦੇ ਉਹਨਾਂ ਦੇ ਕੇਸ ਜਿਹੜੇ ਹੈਗੇ ਉਹ ਰੱਦ ਕੀਤੇ ਗਏ ਆ ਪੁਲਿਸ ਵੱਲੋਂ ਤੇ ਮੈਂ ਜਿਹੜੇ ਦੋਸ਼ ਨੇ ਪ੍ਰਸ਼ਾਸਨ ਦੇ ਉੱਤੇ ਖਾਸ ਕਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਨੇ ਜਦੋਂ ਕੁਲਵੀਰ ਸਿੰਘ ਜੀਰਾ ਦੀ ਗੱਲ ਆਉਂਦੀ ਹੈ ਦੋਸ਼ ਤਾਂ ਉਹਨੇ ਲਾ ਦਿੱਤੇ ਲੇਕਿਨ ਉਹਦੇ ਤੇ ਤੁਰੰਤ ਜਿਹੜੀ ਕਾਰਵਾਈ ਕਰਨਾ ਇੱਕਦਮ ਤੁਰੰਤ ਕਾਰਵਾਈ ਕਰਨਾ ਬਿਨਾਂ ਕਿਸੇ ਜਾਂਚ ਬਿਠਾਏ ਬਿਨਾਂ ਕਿਸੇ ਕਹ ਲੋ ਵੀ ਤੱਥ ਨੂੰ ਸਾਹਮਣੇ ਲੈ ਕੇ ਆਇਓ ਕਿ ਉਹਦੇ ਦੋਸ਼ਾਂ ਦੇ ਵਿੱਚ ਕਿੰਨੀ ਸਚਾਈ ਆ ਨਹੀਂ ਜਾਂਚ ਜਾਂਚ ਅਰਵਿੰਦਰ ਜਾਂਚ ਤੇ ਤੁਹਾਨੂੰ ਸ਼ਾਇਦ ਜਾਣਕਾਰੀ ਹੋਣੀ ਕਿ ਉਹਨਾਂ ਨੂੰ ਸਿਊਮੋਟੋ ਨੋਟਿਸ ਜਾਰੀ ਕੀਤਾ ਗਿਆ ਸੀ ਕਾਰਨ ਦੱਸੋ ਉਹਨਾਂ ਨੇ ਆਪਣਾ ਜਵਾਬ ਵੀ ਦਿੱਤਾ ਪਰ ਫਿਰ ਵੀ ਬਾਵਜੂਦ ਜਵਾਬ ਦੇ ਉਹਨਾਂ ਦੇ ਉੱਤੇ ਹੀ ਉਹਨਾਂ ਦੀ ਬਲੀ ਲੈ ਲਈ ਜਦ ਕਿ ਪੁਲਿਸ ਤੇ ਕੋਈ ਐਕਸ਼ਨ ਨਹੀਂ ਜਿਹੜੀ ਗੱਲ ਪਰਮਿੰਦਰ ਕਹਿ ਰਹੇ ਨੇ ਉਹ ਇਹ ਦੱਸ ਰਹੇ ਨੇ ਕਿ ਉਹਨਾਂ ਨੇ ਬਿਨਾਂ ਕਿਸੇ ਸਬੂਤੋ ਪੁਲਿਸ ਕਿਦਾਂ ਐਕਸ਼ਨ ਲਾਊਗੀ ਦੂਜੀ ਗੱਲ ਪਰਮਿੰਦਰ ਇਹਦੇ 'ਚ ਮੈਂ ਕਲੀਅਰ ਕਰੂੰਗਾ ਕਿ ਹੁਣ ਜੀਰਾ ਨੇ ਇਹ ਕਿਹਾ ਹੈ ਕੁਲਬੀਰ ਨੇ ਕਿ ਅਸੀਂ ਕੰਪਲੇਂਟਸ ਲਿਖਾਈਆਂ ਹੋਈਆਂ ਨੇ ਤੇ ਪੁਲਿਸ ਨਹੀਂ ਕੋਈ ਐਕਸ਼ਨ ਨਹੀਂ ਕੀਤਾ दैट मींस ਜਿਹੜੇ 스테ਜ ਤੋਂ ਕਾਪੀਆਂ ਲਹਿਰਾਈਆਂ ਉਹਨਾਂ ਨੇ ਸਾਫ਼ ਸਾਫ਼ ਤੌਰ ਤੇ ਅੱਜ ਨਹੀਂ ਉਹਨਾਂ ਨੇ ਪੇਸ਼ ਕੀਤੇ ਸਬੂਤ ਜਿਹੜੀਆਂ ਕੰਪਲੇਂਟਸ ਆਲਰੇਡੀ ਲੌਜਡ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗੁਲਬੀਰ ਜੀ ਦਾ ਤਾਂ ਇਹ ਕਹਿਣਾ ਹੈ ਉੱਥੇ ਪੁਲਿਸ ਦਾ ਫੇਲੂਰ ਹੈ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੁਲਿਸ ਦਾ ਫੇਲੂਰ ਆ ਉਹਦੇ ਵਿੱਚ ਪਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕਿਉਂ ਇੱਕਦਮ ਐਕਸ਼ਨ ਲੈ ਲਿਆ ਗਿਆ no doubt شو کاز نوٹس ਹਰੇਕ ਨੂੰ ਜਾਰੀ ਹੁੰਦਾ ਅਸੈਸਮੈਂਟ ਕਰਨ ਤੋਂ ਪਹਿਲਾਂ ਪਰ ਜਦੋਂ ਕਹਿ ਰਹੇ ਨੇ ਕਿ ਵੀ ਮੈਂ ਤਾਂ ਇਹਦੇ ਵਿੱਚ ਮੇਰੀ ਕੁਝ ਮੂਲੀਅਤ ਨਹੀਂ ਐ ਅਸੀਂ ਤਾਂ ਕੁਝ ਕੀਤਾ ਹੋਇਆ ਆ ਕੰਪਲੇਂਟਸ ਲਾਜ ਕੀਤੀਆਂ ਨੇ ਤੇ ਪੁਲਿਸ ਦਾ ਇਨੈਕਸ਼ਨ ਐ ਪਰ ਦੂਜੇ ਪਾਸੇ ਦੇਖਣ ਵਾਲੀ ਗੱਲ ਐ ਕਿ ਕੁਲਬੀਰ ਸਿੰਘ ਜੀਰਾ ਹੋਣੀ ਸ਼ਰਿਆਮ ਵੋਕਲ ਹੋ ਗਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਗੇਂਸਟ ਯਾਨੀ ਕਿ ਸੁਨੀਲ ਜਾਖੜ ਦੇ ਅਗੇਂਸਟ ਉਹ ਸ਼ਰਮ ਮੀਡੀਆ ਦੇ ਵਿੱਚ ਚਲੇ ਗਏ ਨੇ ਉਹਨਾਂ ਨੇ ਉਹਨਾਂ ਨੇ ਦੱਸਿਆ ਹੈ ਕਿ ਆਈਜੀ ਮੁਖਵਿੰਦਰ ਚੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਇੱਥੇ ਜੀ ਮੈਂ ਉਹੀ ਗੱਲ ਕਰਦਾ ਆ ਕਿ ਸੁਨੀਲ ਜਾਖੜ ਹੋਣਾ ਦੇ ਅਗੇਂਸਟ ਵੋਕਲ ਹੋਣਾ ਮੀਡੀਆ ਦੇ ਵਿੱਚ ਇੱਕਦਮ ਜਾਣਾ ਇੱਕ ਯੰਗ ਲੀਡਰ ਦੀ ਨਿਸ਼ਾਨੀ ਕਹਿ ਲਓ ਜਾਂ ਇਹ ਕਹਿ ਲਓ ਕਿ ਉਹਨੀ ਜ਼ਿਆਦਾ ਚੁਸਤੀ ਨਾਲ ਚਲਾਕੀ ਨਾਲ ਜਾਂ ਸਿਆਣਪ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਜਿਹੜੀ ਕਿ ਬਾਕੀ ਸੀਨੀਅਰ ਲੀਡਰ ਜੁੜੇ ਵੱਡੇ ਵੱਡੇ ਲੀਡਰ ਨੇ ਉਹ ਕਰਦੇ ਨੇ ਇਹਨਾਂ ਨੇ ਜੋਸ਼ ਦੇ ਵਿੱਚ ਆ ਕੇ ਇਹਨਾਂ ਦਾ নো ਡਾਊਟ ਨੀਅਤ ਸਾਫ਼ ਹੋਊਗੀ ਗੱਲਾਂ ਕਲੀਅਰ ਨੇ ਕਿ ਪਰਚੇ ਦਰਜ ਕਰਵਾਏ ਹੋਏ ਨੇ ਤੇ ਪੁਲਿਸ ਨੇ ਕਿਉਂ ਨਹੀਂ ਐਕਸ਼ਨ ਲਿਆ ਦੂਜੇ ਪਾਸੇ ਸੁਨੀਲ ਜਾਖੜ ਉਹਨੂੰ ਹੀ ਉਹਨਾਂ ਨੂੰ ਸ਼ੋਕਾਸ ਨੋਟਿਸ ਜਾਰੀ ਕਰਦੇ ਨੇ ਉਹ ਜਵਾਬ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਆ ਇੱਕਦਮ ਸਾਰਾ ਕੁਝ ਹੋਣਾ ਸੁਨੀਲ ਜਾਖੜ ਉਹਨਾਂ ਨੂੰ ਵੀ ਇਹ ਲੱਗਿਆ ਕਿ ਇੱਕ ਪਾਸੇ ਅਮਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਇਸ ਤਾਂ ਜੀ ਨਸ਼ੇ ਬਹੁਤ ਛੜਾ ਰਹੇ ਆ ਦੂਜੇ ਪਾਸੇ ਕੁਲਬੀਰ ਸਿੰਘ ਜੀਰਾ ਕਹਿ ਰਿਹਾ ਜੀ ਇੱਥੇ ਦਾ दारू ਬਹੁਤ ਨਿਕਲਦੀ ਆ ਜੀ दारू ਦੇ ਕੇਸ ਬਹੁਤ ਨੇ ਜੀ ਤੇ ਸਮਗਲਰ ਨੇ ਜੀ ਇੱਥੇ ਤੀਜੇ ਪਾਸੇ ਗੱਲ ਇਹ ਆਉਂਦੀ ਹੈ ਕਿ ਜਿਹੜਾ ਇੰਦਰਜੀਤ ਸਿੰਘ ਜੀਰਾ ਆ ਉਹਨਾਂ ਦਾ ਜਿਹੜੇ ਸੀਨੀਅਰ ਪਿਤਾ ਨੇ ਸੀਨੀਅਰ ਲੀਡਰ ਨੇ ਉਹਨਾਂ ਦੇ ਪਿਤਾ ਨੇ ਕੁਲਬੀਰ ਜੀਰਾ ਹੁਣਾਂ ਦੇ ਉਹ ਕਾਂਗਰਸ ਦੇ ਸਪੋਕਸ ਪਰਸਨ ਨੇ ਰਾਹੁਲ ਵੱਲੋਂ ਥਾਪੇ ਹੋਏ ਤੇ ਕੁਲਬੀਰ ਸਿੰਘ ਜੀਰਾ ਹੁਣੇ ਕਹਿੰਦੇ ਨੇ ਕਿ ਜੀ ਮੈਂ ਇਨਸਾਫ ਲੈ ਕੇ ਹਟੂੰਗਾ ਹੁਣੇ ਹੁਣੇ ਉਹਨਾਂ ਦਾ ਬਿਆਨ ਆਇਆ ਕਿ ਮੈਂ ਇਨਸਾਫ ਲੈ ਕੇ ਹਟੂੰਗਾ ਮੈਂ ਇਸ ਚੀਜ਼ ਨੂੰ ਲੈ ਕੇ ਯੂਪੀਏ ਦੀ ਚੇਅਰਪਰਸਨ ਕੋਲੇ ਸੋਨੀਆ ਗਾਂਧੀ ਕੋਲੇ ਜਾਊਂਗਾ ਕਾਂਗਰਸ ਦੀ ਔਰ ਰਾਹੁਲ ਗਾਂਧੀ ਕੋਲੇ ਜਾਊਂਗਾ ਜਿਹੜੇ ਪ੍ਰਧਾਨ ਨੇ ਸੀਨੀਅਰ ਲੀਡਰਸ਼ਿਪ ਕੋਲੇ ਜਾਊਂਗਾ 댓 ਮੀਨਸ ਉਹ ਗੱਲ ਕਰਦੇ ਨੇ ਸਿੱਧੇ ਦਿੱਲੀ ਦੀ ਦੂਜੇ ਪਾਸੇ ਸੁਨੀਲ ਜਾਖੜ ਹੁਣੇ ਕਹਿੰਦੇ ਨੇ ਕਿ ਅਸੀਂ ਤਾਂ ਏਆਈਸੀਸੀ ਨੂੰ ਯਾਨੀ ਕਿ 올 ਇੰਡੀਆ ਕਾਂਗਰਸ ਕਮੇਟੀ ਨੂੰ ਲੂਪ ਦੇ ਵਿੱਚ ਲਿਆ ਹੋਇਆ ਇਹ ਐਕਸ਼ਨ ਲੈਣ ਤੋਂ ਪਹਿਲਾਂ ਹੁਣ ਇਹ ਤਾਂ ਅੱਗੇ ਸੱਟਾ ਕੀ ਨਿਕਲਦਾ ਇਹ ਪੋਲੀਟੀਸਾਈਜ਼ ਹੁੰਦਾ ਜਾ ਰਿਹਾ ਹੈ ਮਾਮਲਾ ਇੱਕ ਪਾਸੇ ਕਾਂਗਰਸ ਕਲੇਮ ਕਰਦੀ ਹੈ ਪੰਜਾਬ ਸਰਕਾਰ ਕਲੇਮ ਕਰਦੀ ਹੈ ਕਿ ਅਸੀਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ ਦੂਜੇ ਪਾਸੇ ਨਸ਼ਾ ਛਡਾਊ ਕੇਂਦਰਾਂ ਦੇ ਉੱਤੇ ਛਾਪੇ ਪੈ ਰਹੇ ਨੇ ਜੀ ਤੀਜੇ ਪਾਸੇ ਥੋੜੇ ਚਿਰ ਹੋਇਆ ਇੱਕ ਪਿੰਡ ਦੇ ਵਿੱਚ ਛਾਪਾ ਮਾਰਿਆ ਉਦੋਂ ਇੰਚਾਰਜ ਜਿਹੜਾ ਹੈਗਾ ਪੁਲਿਸ ਖਾਣੇ ਦਾ ਪਟਿਆਲੇ ਦੇ ਨੇੜੇ ਦੀ ਗੱਲ ਆ ਸਮਾਣੇ ਦੇ ਨੇੜੇ ਦੀ ਇੰਚਾਰਜ ਨੂੰ ਔਰ ਇੱਕ ਹੋਰ ਕਾਂਸਟੇਬਲ ਨੂੰ ਸ਼ਾਇਦ ਸਸਪੈਂਡ ਕੀਤਾ ਗਿਆ ਜਾਂ ਡਿਸਮਿਸ ਕੀਤਾ ਗਿਆ ਆ ਉਹ ਪੂਰੇ ਪਿੰਡ ਦੇ ਵਿੱਚ ਸ਼ਰਾਬ ਨਿਕਲਦੀ ਸੀ ਕਿ ਘੱਗਰ ਦੇ ਕਿਨਾਰੇ ਉਹ ਪਿੰਡ ਹੈ ਤੇ ਉੱਥੇ ਐਕਸ਼ਨ ਜ਼ਰੂਰ ਹੋ ਰਿਹਾ ਆ ਦੂਜੇ ਪਾਸੇ ਜੇ ਫਿਰੋਜ਼ਪੁਰ ਦੇ ਵਿੱਚ ਇਹ ਗੱਲ ਹੁੰਦੀ ਹੈ ਫਿਰੋਜ਼ਪੁਰ ਰੇਂਜ ਦੇ ਵਿੱਚ ਕਿ ਵੀ ਆਈਜੀ ਸਾਹਿਬ ਉਹਨਾਂ ਨੂੰ ਸ਼ਹਿਦ ਦੇ ਰਹੇ ਨੇ ਔਰ ਸਟੇਜ ਤੇ ਜਦੋਂ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਣੀ ਬੈਠੇ ਨੇ ਉੱਥੇ ਤੇ ਇਹ ਵੀ ਦੱਸਿਆ ਗਿਆ ਹੈ ਕੁਝ ਮੀਡੀਆ ਦੇ ਵਿੱਚ ਕਿ ਕੋਈ ਨਾਲ ਦੇ ਐਮਐਲਏ ਨੇ ਕੁਲਵੀਰ ਨੂੰ ਕਿਹਾ ਕਿ ਭਾਈ ਹੁਣ ਤੂੰ ਆ ਸਟੇਜ ਤੇ ਆ ਗੱਲ ਕਰ ਦੇ ਜਿਦਾਂ ਅਸੀਂ ਕਹਿੰਨੇ ਆ ਕਿ ਇਹਨੂੰ ਖੜਾ ਕਰ ਦੇ ਆਪਕਾ ਨੂੰ ਅੱਗੇ ਹੋਣਾ ਨਹੀਂ ਕੁਲਵੀਰ ਸਿੰਘ ਜੀਰਾਂ ਨੇ ਆਪਣੇ ਉਹ ਨੋਟਿਸ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੂੰ ਵਰਕਰਾਂ ਦੇ ਫੋਨ ਆ ਰਹੇ ਸੀ ਵਾਰ-ਵਾਰ ਕਿ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਉਂ ਬੋਲਿਆ ਸਟੇਜ ਤੇ ਮੁਖਵਿੰਦਰ ਮੈਂ ਸਟੇਜ ਦੀ ਗੱਲ ਕਰਨਾ ਨਹੀਂ ਵਰਕਰਾਂ ਦੇ ਫੋਨ ਆ ਰਹੇ ਸੀ ਵੱਖਰੀ ਗੱਲ ਹੈ ਪਰ ਤੁਸੀਂ ਇੱਕ ਤਰ੍ਹਾਂ ਇੱਕ ਲੀਡਰ ਨੂੰ ਐ ਨਹੀਂ ਕਹਿ ਸਕਦੇ ਕਿ ਵਰਕਰਾਂ ਦੇ ਫੋਨ ਆਏ ਤੇ ਤੁਸੀਂ ਸਟੇਜ ਤੇ ਬੋਲਤੀ ਹੋ ਗੱਲ ਉਹ ਸਿਆਣਪ ਨਹੀਂ ਹੁੰਦੀ ਪਰ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਕਿ ਨਾਲ ਦੇ ਕੁਝ ਐਮ ਐਲ ਏ ਜਿਹੜੇ ਉੱਥੇ ਬੈਠੇ ਸੀ ਮੰਚ ਦੇ ਉੱਤੇ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਹੈ ਕਿ ਬਈ ਆ ਮੌਕਾ ਆ ਵਿੱਤ ਮੰਤਰੀ ਸਾਹਿਬ ਵੀ ਬੈਠੇ ਹੈ ਤੂੰ ਗੱਲ ਖੁੱਲੀ ਕਰ ਸਦੀ ਤੇ ਉਹ ਵੋਕਲ ਹੋ ਗਏ ਤੇ ਉਹਨਾਂ ਨੇ ਇੱਕਦਮ ਸਾਰਾ ਕੁਝ ਫਲੋ ਆਊਟ ਕਰਤਾ ਜੋ ਉਹਨਾਂ ਦੀ ਭਾਵਨਾ ਸੀਗੀ ਤੇ ਇਸ ਹਿਸਾਬ ਨਾਲ ਇਹ ਸਾਰਾ ਡਰਾਮਾ ਜਿਹੜਾ ਹੈਗਾ ਇਸ ਵੇਲੇ ਦਿੱਲੀ ਦੀ ਅਦਾਲਤ 'ਚ ਚਲਾ ਗਿਆ ਯਾਨੀ ਕਿ 올 ਇੰਡੀਆ ਕਾਂਗਰਸ ਕਮੇਟੀ ਦੀ ਅਦਾਲਤ ਪਰਮਿੰਦਰ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਦੇ ਉੱਤੇ ਪੰਜਾਬ ਹੋਣਾ ਚਾਹੀਦਾ ਕੁਲਵੀਰ ਸਿੰਘ ਜੀਰਾਂ ਨੇ ਇਹੀ ਕੁਝ ਦੇਖਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਿਹੜਾ ਇੰਨਾ ਪਸਾਰਾ ਆ ਆਪਣੇ ਐਮਐਲਏ ਨੂੰ ਉਹਨਾਂ ਨੇ ਉਹਦੀ ਕੁਰਬਾਨੀ ਲੈ ਲਈ ਜਦਕਿ ਪੁਲਿਸ ਤੇ ਕੋਈ ਐਕਸ਼ਨ ਨਹੀਂ ਹਾਲਾਂਕਿ ਉਹਨਾਂ ਨੇ ਡੀਜੀਪੀ ਤੱਕ ਪਹੁੰਚ ਵੀ ਕੀਤੀ ਸੀਗੀ ਪਰ ਉਹ ਕਾਰਵਾਈ ਦੇ ਵਿੱਚ ਹੀ ਅੜ ਗਏ ਇੱਕ ਉਹਨਾਂ ਦਾ ਕੋਈ ਵਰਕਰ ਚੁੱਕ ਲਿਆ ਗਿਆ ਕਾਂਗਰਸ ਦਾ ਜਿਹੜਾ ਪਘੋੜਾ ਦੱਸਿਆ ਜਾ ਰਿਹਾ ਸੀ ਦੇਖੋ ਇੱਕ ਮਿੰਟ ਦਿਓ ਮੈਨੂੰ ਬੋਲਣ ਨੂੰ ਮੈਨੂੰ ਸਿਰਫ ਇਹ ਮੈਂ ਜਿਹੜੇ ਇਹ ਮਸਲਾ ਹੈ ਨਾ ਇਹ ਮਸਲਾ ਹੈ ਹੁਣ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਆਪਣੀ ਛਵੀ ਜਿਹੜੀ ਹੈਗੀ ਆ ਉਹ ਸਾਫ਼ ਸੁਥਰੀ ਰੱਖਣ ਵਾਸਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੀ ਕਾਰਵਾਈ ਕਰੀ ਆ ਪਰ ਇਹ ਜੋ ਕਰ ਰਹੇ ਹਨ ਜਾਂ ਕਰ ਰਹੇ ਆ ਉਹਦੇ ਲਈ ਇਹਨਾਂ ਨੇ ਆਪਣੇ ਐਮਐਲਏ ਤੇ ਹੀ ਕਾਰਵਾਈ ਕਰਤੀ ਸੈਲਫ ਗੋਲ ਕਰ ਲਿਆ ਜੋ ਵੀ ਕਹਿ ਲੋ ਉਹ ਆਪਣੇ ਐਮਐਲਏ ਨੂੰ ਹੀ ਇਹਨਾਂ ਨੇ ਕਹਿ ਲੋ ਵੀ ਮਤਲ ਕਰਵਾਤਾ ਪਹਿਲਾਂ ਵੀ ਦੇਖੋ ਜਾਖੜ ਜੋ ਹੈਗਾ ਉਹਨਾਂ ਦੇ ਪਹਿਲਾਂ ਵੀ ਕਈ ਵਾਰ ਉਂਗਲ ਉੱਠ ਚੁੱਕੀ ਹੈ ਇਸ ਤਰ੍ਹਾਂ ਦੀ ਰਹੀ ਗੱਲ ਪੁਲਿਸ ਦੀ ਪੁਲਿਸ ਤੇ ਦੋਸ਼ ਨੇ ਤਾਂ ਪੁਲਿਸ ਜਿਹੜੀ ਹੈਗੀ ਆ ਪਹਿਲਾਂ ਵੀ ਕਟਾਰੇ ਚ ਸੀ ਹੁਣ ਵੀ ਕਟਾਰੇ ਚ ਹੈ ਤੁਸੀਂ ਕਿੰਨੇ ਹੀ ਦੇਖਿਓ ਵੀ ਪਿੱਛੇ ਕਿੰਨੇ ਹੀ ਪੁਲਿਸ ਆਫੀਸਰ ਨੇ ਜਿਹੜੇ ਉਹ ਮੁੱਤਲ ਹੋਏ ਨੇ ਲਾਈਨ ਹਾਜ਼ਰ ਹੋਏ ਨੇ ਪੁਲਿਸ ਅਧਿਕਾਰੀਆਂ ਤੇ ਵੀ ਕਾਰਵਾਈ ਹੁੰਦੀ ਹੈ ਹੋਈ ਹੈ ਠੀਕ ਹੈ ਹਾਂ ਉਹਨਾਂ ਤੇ ਕਾਰਵਾਈ ਹੋਈ ਹੈ ਇੱਕ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਬਕਾਇਦਾ ਤੌਰ ਤੇ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜੇ ਪੁਲਿਸ ਮੁਲਾਜ਼ਮਾਂ ਜਾਂ ਪੁਲਿਸ ਦੀ ਜਿਹੜੀ ਛਵੀ ਹੈਗੀ ਆ ਸਾਫ਼ ਸੁਥਰੀ ਹੋਵੇ ਨਸ਼ਾ ਕਿਵੇਂ ਪਨਪ ਸਕਦਾ ਹੈ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਤੇ ਕਹ ਲਓ ਆਪਾਂ ਅਗਰ ਪੁਲਿਸ ਆਪਣੀ ਇਮਾਨਦਾਰੀ ਨਾਲ ਕੰਮ ਕਰਦੀ ਹੋਵੇ ਜਿਹੜੀ ਹੁਣ ਆ ਮੁਹੰਮਦ ਮੁਸਤਾਫਾ ਦੀ ਜਿਹੜੀ ਰਿਪੋਰਟ ਹੈਗੀ ਐ ਐਸਟੀਐਫ ਦੀ ਮੁਖੀ ਦੀ ਰਿਪੋਰਟ ਹੈ ਉਹ ਤੁਹਾਨੂੰ ਸਾਫ਼ ਜਿਹੜੀ ਨਿਸ਼ਰ ਕਰ ਰਹੀ ਹੈ ਕਿ ਪੁਲਿਸ ਦੀ ਮਿਹਲੀ ਭੁਗਤ ਕਿੰਨੀ ਆ ਕਿਤੇ ਨਲਾਇਕੀ ਕਰਕੇ 685 ਜਿਹੜੇ ਕੇਸ ਨੇ ਉਹ ਰਾਦੀ ਹੋ ਗਏ ਖਤਮ ਹੋ ਗਏ ਕਈ ਪਤਾ ਨਹੀਂ 144 ਜਾਂ 45 ਪਗੋੜੇ ਨੇ ਜਿਹੜੇ ਹੁਣ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜਾਂ ਕਿ ਉਹਦੇ ਉਹਦੇ ਤੇ ਵੀ ਪੁਲਿਸ ਦੀ ਨਲੈਕੀ ਸਾਹਮਣੇ ਆ ਰਹੀ ਉਹਨਾਂ ਨੇ ਸਾਫ ਕਿਹਾ ਪੁਲਿਸ ਪੁਲਿਸ ਨਹੀਂ ਕੀਤਾ ਕਿ ਹਾਂ ਗਿਆ ਵੀ ਜਿਹੜੀ ਸੈਕਸ਼ਨ 174 ਦੇ ਤਹਿਤ 3 ਮਹੀਨੇ ਦੇ ਵਿੱਚ ਜੇ ਉਹ ਪਗੋੜਾ ਹੈਗਾ ਹਾਜ਼ਰ ਨਹੀਂ ਹੁੰਦਾ ਜਾਂ ਉਹਨੂੰ ਨਹੀਂ ਅਰੈਸਟ ਕੀਤਾ ਜਾਂਦਾ ਤਾਂ ਕੇਸ ਦਰਜ ਹੋਰ ਹੁੰਦਾ ਪ੍ਰਾਪਰਟੀ ਤਾਂ ਅਟੈਚ ਹੁੰਦੀ ਆ ਉਹ ਸਾਰਾ ਕੁਝ ਨਹੀਂ ਹੋਇਆ ਹੁਣ ਤੱਕ ਕਿੰਨੇ ਲੋਕ ਬਰੀ ਹੋ ਚੁੱਕੇ ਨੇ ਨਾ ਕੇਸਾਂ ਦੇ ਵਿੱਚੋਂ ਦੂਜੀ ਗੱਲ ਜਦੋਂ ਮੈਂ ਇੱਥੇ ਕੁਐਸਚਨ ਨਹੀਂ ਕਰ ਰਿਹਾ ਚਲੋ ਇੱਕ ਆਮ ਚਰਚਾ ਚੱਲ ਰਹੀ ਹੈ ਪੁਲਿਸ ਅਧਿਕਾਰੀਆਂ ਦੀ ਪੁਲਿਸ ਕਰਮਚਾਰੀਆਂ ਦੀ ਪੁਲਿਸ ਆਫੀਸਰਾਂ ਦੀ ਜਦੋਂ ਆਪਾਂ ਜਾਇਦਾਦ ਜਾਂ ਇਨਕਮ ਸੋਰਸ ਦੇਖਦੇ ਆ ਤਾਂ ਉਹ ਇਨਕਮ ਸੋਰਸ ਜਿਹੜੇ ਹੈਗੇ ਨੇ ਕਿਤੇ ਘੱਟ ਨੇ ਲੇਕਿਨ ਉਹਨਾਂ ਦੀਆਂ ਅਗਰ ਸਹੂਲਤਾਂ ਵੱਲ ਦੇਖ ਲਿਆ ਜਾਵੇ ਉਹ ਕਿਤੇ ਵੱਧ ਨੇ ਇੱਕ ਆਮ ਪੁਲਿਸ ਕਰਮਚਾਰੀ ਜਿਹਦੀ 40 45000 ਰੁਪਏ ਤਨਖਾਹ ਆ 10 ਲੱਖ ਦੀ ਗੱਡੀ ਲਈ ਫਿਰਦਾ ਹੈ ਉਹਦੇ ਕੋਲ ਕੋਈ ਜ਼ਮੀਨ ਨਹੀਂ ਕੋਈ ਹੋਰ ਇਨਕਮ ਸੋਰਸ ਨਹੀਂ ਐਸੇ ਹੋ ਜੇ ਪੁਲਿਸ ਅਧਿਕਾਰੀਆ ਕਰਮਚਾਰੀਆਂ ਜਾਂ ਆਫਸਰਾਂ ਦੇ ਉੱਪਰ ਸਿਕੰਜਾ ਕਿਉਂ ਨਹੀਂ ਕਸਾਇਆ ਜਾਂਦਾ ਕਿੱਥੋਂ ਲੈ ਕੇ ਆ ਰਹੇ ਨੇ ਕਿੱਥੋਂ ਤੇਲ ਪੈਂਦਾ ਉਹਨਾਂ ਨੂੰ ਕਿੱਥੋਂ ਗੱਡੀਆਂ ਦੀ ਕਿਸ਼ਤਾਂ ਭਰਦੀਆਂ ਨੇ ਕਿੱਥੋਂ ਉਹਨਾਂ ਦੇ 1.5 ਡੇਢ ਡੇਢ 2-2 ਲੱਖ ਰੁਪਏ ਜਿਹਨਾਂ ਦੀ ਸਾਲਾਨਾ ਫੀਸ ਹੈ ਸਕੂਲਾਂ 'ਚ ਬੱਚੇ ਪੜ੍ਹ ਰਹੇ ਨੇ ਇੱਕ 50 ਹਜ਼ਾਰ ਤੱਕ ਦੀ ਤਨਖਾਹ ਲੈਣ ਵਾਲਾ ਕੋਈ ਵੀ ਕਰਮਚਾਰੀ ਆ ਪੁਲਿਸ ਦਾ ਨਹੀਂ ਕੋਈ ਵੀ ਕਰਮਚਾਰੀ ਆ ਜਿਹੜਾ ਪ੍ਰਸ਼ਾਸਨ ਨਾਲ ਰਿਲੇਟਡ ਆ ਕਹਿ ਲਓ ਨਸ਼ਿਆਂ ਦੀ ਗੱਲ ਕਰਦੇ ਆ ਤਾਂ ਪੁਲਿਸ ਤੋਂ ਗਲੋਟਰੀ ਆ ਪੁਲਿਸ ਦੀ ਗੱਲ ਕਰ ਰਹੇ ਆ ਮੈਂ ਤੇ ਉਹਨਾਂ ਦੇ ਕਿਉਂ ਨਹੀਂ ਉਹਨਾਂ ਨੂੰ ਸਕੰਡੇ ਚ ਲਿਆ ਜਾਂਦਾ ਕਿਉਂ ਨਹੀਂ ਉਹਨਾਂ ਤੋਂ ਪੁੱਛਤਾਚੀ ਕੀਤੀ ਜਾਂਦੀ ਇਹ ਇਹੋ ਜਿਹੇ ਜਦੋਂ ਰਖਵਾਲੇ ਹੀ ਕਹਿੰਦੇ ਜਦੋਂ ਬਾੜੀ ਖੇਤ ਨੂੰ ਖਾਣ ਲੱਗਦੇ ਫਿਰ ਰਖਵਾਲਾ ਕੌਣ ਹੈ ਸਿੱਧਾ ਕਿਹਾ ਜਾ ਸਕਦਾ ਹੈ ਕਿ ਕੁੱਤੀ ਚੋਰ ਨਾਲ ਰਲਈ ਹੋਈ ਹੈ ਜੀ ਕੁੱਤੀ ਚੋਰ ਨਾਲ ਰਲਈ ਹੋਈ ਹੈ ਇਹ ਬੜਾ ਵੱਡਾ ਬਿਆਨ ਹੈ ਪੰਜਾਬ ਪੁਲਿਸ ਦੇ ਉੱਤੇ ਲਗਾਤਾਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਆਏ ਨੇ ਤੇ ਅੱਗੋਂ ਵੀ ਲੱਗਦੇ ਰਹਿਣਗੇ ਜਦੋਂ ਤੱਕ ਇਸ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ ਵੇਲਾ ਹੋ ਗਿਆ ਛੋਟੇ ਤੇ ਬ੍ਰੇਕ ਦਾ ਬ੍ਰੇਕ ਦੇ ਇਸ ਪਾਰ ਵੀ ਇਸੇ ਤਰ੍ਹਾਂ ਇਹ ਵਿਸ਼ੇ ਤੇ ਚਰਚਾ ਚੱਲਦੀ ਰਹੇਗੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੱਲ ਸੱਚੀ ਹੈ ਵਿੱਚ ਤੇ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਹੈ ਨਸ਼ਿਆਂ ਨੂੰ ਲੈ ਕੇ ਕਿ ਅਸੀਂ ਕੰਟਰੋਲ ਕਰ ਰਹੇ ਹਾਂ ਆਪਣੀ ਐਮਐਲਏ ਦੀ ਬਲੀ ਲੈ ਲਈ ਗਈ ਇਸ ਤੋਂ ਪਹਿਲਾਂ ਵੀ ਇੱਕ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜਾ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਇੱਕ ਐਮਐਲਏ ਨੇ ਉਹਨਾਂ ਦੇ ਖਿਲਾਫ ਇੱਕ ਤਰੀਕੇ ਨਾਲ ਬਗਾਵਤ ਹੀ ਕਹਿ ਲੋ ਕਰ ਦਿੱਤੀ ਸੀ ਅਰਵਿੰਦਰ ਤੁਹਾਨੂੰ ਚੇਤੇ ਹੋਣਾ ਕਿ ਐਮਐਲਏ ਜਿਹੜੇ ਸੀਗੇ ਅਮਰਗੜ ਤੋਂ ਉਹਨਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਸਿੱਧਾ ਕਹਿ ਦਿੱਤਾ ਸੀ ਕਿ ਅਸੀਂ ਗਲੀਆਂ ਮੁਹੱਲਿਆਂ ਵਿੱਚ ਜਾ ਕੇ ਦੇਖਿਆ ਨਸ਼ਿਆਂ ਨੂੰ ਲੈ ਕੇ ਬਿਆਨ ਸੀਗਾ ਉਹ ਕਿਵੇਂ ਸੀ ਉਹਦਾ ਵੀ ਅਜੇ ਤੱਕ ਸੁਖਵਿੰਦਰ ਕੋਈ ਹੱਲ ਨਹੀਂ ਨਿਕਲੇ ਆ ਬਹੁਤ ਵੱਡਾ ਬਿਆਨ ਸੀਗਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਜਾਂ ਸਰਕਾਰ ਦੇ ਅਗੇਂ ਸੀਗਾ ਉਹ ਬਿਆਨ ਉਹ ਵੀ ਇਸੇ ਤਰ੍ਹਾਂ ਦੀ ਸਿਆਣਪ ਸੀਗੀ ਜਿਸ ਤਰ੍ਹਾਂ ਦੀ ਕੁਲਵੀਰ ਸਿੰਘ ਹੁਣਾਂ ਨੇ ਕੀਤੀ ਹੈ ਕਿ ਬਗਾਵਤ ਦੇ ਵਿੱਚ ਉਹਨਾਂ ਨੇ ਸੱਚਾਈ ਬਿਆਨ ਕਰਤੀ ਸੀਗੀ ਮੱਚ ਤੋਂ ਕੁਲਵੀਰ ਸਿੰਘ ਜੀਰਾ ਦੀ ਵੀ ਇਹ ਯਾਦਤ ਹੈ ਇਹਨਾਂ ਨੇ ਜਦੋਂ ਸਰਕਾਰ ਆਈ ਹੈ ਇਹ ਅਜੇ 2 ਮਹੀਨੇ ਨਹੀਂ ਹੋਏ ਸੀਗੇ ਇੱਕ ਡੀਈਓ ਦੇ ਖਿਲਾਫ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਖਿਲਾਫ ਬਗਾਵਤ ਕੀਤੀ ਸੀਗੀ ਇੱਕ ਪ੍ਰਿੰਸੀਪਲ ਨੂੰ ਉਹਨਾਂ ਦੇ ਹਲਕੇ ਦੇ ਵੇ ਕੁਪਿੰਡ ਸੀਗੇ ਆਖਿਆ ਜੀ ਉੱਥੇ ਦਾ ਪ੍ਰਿੰਸੀਪਲ ਇਹਨੂੰ ਤੁਸੀਂ ਇੱਥੇ ਡੀਈਓ ਨਹੀਂ ਲਾਣਾ ਕਿਉਂ ਕਿ ਇਹ ਅਕਾਲੀਆਂ ਦੀ ਮਦਦ ਕਰਦਾ ਰਿਹਾ ਹੈ ਇਲੈਕਸ਼ਨਾਂ ਦੇ ਵਿੱਚ ਸੋ ਇਹ ਲੀਡਰ ਜਿਹੜੇ ਵੋਕਲ ਨੇ ਇਹ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਔਰ ਇਹ ਸ਼ਾਇਦ ਹਜੇ ਉਸ ਤਰ੍ਹਾਂ ਦੀ ਚਣਕਿਆ ਨੀਤੀ ਜਾਂ ਪੋਲਿਟਿਕਸ ਜਿਹੜੀ ਹੈਗੀ ਹੈ ਜਿਹਨੂੰ ਸਾਫ਼ ਸੁਥਰੀ ਪੋਲਿਟਿਕਸ ਕਿਹਾ ਜਾ ਸਕਦਾ ਹੈ ਉਹ ਨਹੀਂ ਕਰਨੀ ਜਾਣਦੇ ਔਰ ਵੋਕਲ ਹੋ ਜਾਂਦੇ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਗ ظاہر ਕਰਦੇ ਨੇ ਔਰ ਉਦੋਂ ਵੀ ਉਹਨਾਂ ਨੇ ਕਿਹਾ ਸੀ ਕੁਲਬੀਰ ਸਿੰਘ ਉਹਨਾਂ ਨੇ ਕਿ ਜੇ ਡੀਓ ਨਹੀਂ ਚਾਹੀ ਜਾਂਦੀ ਕੀਤਾ ਜਾਂਦਾ এডਿਕੇਸ਼ਨ ਮਿਨਿਸਟਰ ਨੂੰ ਮਿਲੇ ਸੀ ਉਹ ਰਜ਼ੀਆ ਸੁਲਤਾਨਾ ਹੋਣਾ ਨੂੰ ਤਾਂ ਰਜ਼ੀਆ ਸੁਲਤਾਨਾ ਹੋਣਾ ਨੇ ਕਿਹਾ ਸੀ ਕਿ ਬਈ ਮੈਨੂੰ ਦੂਜੇ ਮੰਤਰੀ ਦਾ ਇੱਕ ਦਾ ਮੈਸੇਜ ਆਂਦਾ ਲਿਖ ਕੇ ਆਂਦਾ ਕਿ ਇਹਨੂੰ ਡੀਓ ਤੇ ਫਲਾਣੀ ਥਾਂ ਤੇ ਲਾਤਾ ਜਾਵੇ ਫਿਰੋਜ਼ਪੁਰ ਦੇ ਡੀਓ ਸੀ ਉਹ ਤੇ ਕਹਿੰਦੇ ਜੀ ਇਹ ਤਾਂ ਬੜਾ ਰੌਲੇ ਦੀ ਗੱਲ ਹੈ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕੁਲਵੀਰ ਸਿੰਘ ਜੀਰਾ ਨੇ ਕਿਹਾ ਜੀ ਮੈਂ ਇਹ ਚੀਜ਼ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲੇ ਜਾਊਂਗਾ ਔਰ ਉਦੋਂ ਬਾਅਦ ਕਹਿੰਦਾ ਜੇ ਨਾ ਕੁਝ ਹੁੰਦਾ ਹੋਇਆ ਕਹਿੰਦਾ ਮੈਂ মিডিਆ 'ਚ ਜਾਊਂਗਾ ਠੀਕ ਹੈ ਪਰਮਿੰਦਰ ਕਿਵੇਂ ਲੱਗਦਾ ਕਿ ਉਸ ਐਮਐਲਏ ਨੇ ਜਦੋਂ ਆਵਾਜ਼ ਉਠਾਈ ਸੀ ਉਹਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਹੋਈ ਅਗਲੇ ਦਿਨ ਹੀ ਉਹਨੇ ਆਪਣਾ ਬਿਆਨ ਬਦਲ ਦਿੱਤਾ ਤੇ ਜ਼ੀਰਾ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਬਿਆਨ ਬਦਲਣ ਨਾਲ ਕਿਹੜਾ ਸੱਚਾਈ ਲੁਕ ਜਾਂਦੀ ਹੈ ਬਿਲਕੁਲ ਉਹ ਆਪਣਾ ਕਹਿ ਲੋ ਜਿਹੜਾ ਜਿੱਦਾਂ ਪੋਲਿਟਿਕਸ ਖੇਡਣੀ ਹੁੰਦੀ ਉਹ ਖੇਡ ਗਿਆ ਸੀ ਬੰਦਾ ਉਹ ਧਿਮਾਨ ਜੋ ਹੈਗਾ ਉਹਨਾਂ ਨੇ ਪੋਲਿਟਿਕਸ ਖੇਡੀ ਆਪਣਾ ਬਚਾਅ ਕਰ ਲਿਆ ਜਾਂ ਕਹਿ ਲੋ ਕਿ ਦਬਾਅ ਚ ਆ ਗਏ ਜਾਂ ਜੋ ਵੀ ਉਹਨਾਂ ਨੇ ਕੁਰਸੀ ਆਪਣੀ ਸਾਹਮ ਲਈ ਤੇ ਜ਼ੀਰਾ ਵੱਲੋਂ ਇਸ ਗੱਲ ਦੀ ਪ੍ਰਵਾਨ ਨਹੀਂ ਕੀਤੀ ਗਈ ਉਹਨਾਂ ਲੋਕ ਮੁੱਦਾ ਸੀ ਇਹ ਬਣਾਇਆ ਗਿਆ ਸੀ ਜੋ ਨਹੀਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਉਹ ਗੱਲ ਨਹੀਂ ਚੁੱਕਣਗੇ ਤੇ ਹੋਰ ਕੋਈ ਨੁਮਾਇੰਦੇ ਤਾਂ ਗੱਲ ਤਾਂ ਹੋਈ ਹੈ ਗੱਲ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਸੁਖਵਿੰਦਰ ਇੱਥੇ ਨਾ ਦੇਖੋ ਲੋਕਾਂ ਦੀ ਗੱਲ ਹੈ ਠੀਕ ਹੈ ਲੋਕ ਨੁਮਾਇੰਦੇ ਨੇ ਉਹ ਉਹਨਾਂ ਨੂੰ ਚੁੱਕਣੀ ਚਾਹੀਦੀ ਹੈ ਲੇਕਿਨ ਇਹ ਜਿਹੜੇ ਇਹ ਵਿਸ਼ੇ ਨੇ ਇਹ ਸਬਜੈਕਟ ਨੇ ਇਹ ਸਿਰਫ ਚੋਣਾਂ ਦੇ ਕੋਲ ਆ ਕੇ ਹੀ ਕਿਉਂ ਪਨਪਦੇ ਨੇ ਹੂੰ ਚਾਹੇ ਮੈਂ ਕਹਾਂ 100% ਜ਼ੀਰਾ ਠੀਕ ਆ ਜਖੜ ਵੀ ਠੀਕ ਹੈ ਕੈਪਟਨ ਮਰਿੰਦਰ ਵੀ ਠੀਕ ਹੈ ਜਾਂ ਤਿੰਨੋਂ ਹੀ ਗਲਤ ਨੇ ਕੁਝ ਵੀ ਸਮਝ ਲਓ ਲੇਕਿਨ ਜਦੋਂ ਚੋਣ ਆਫਟਰ ਆਲ ਜਿਹੜੇ ਨਸ਼ਾ ਅੱਜੇ ਤਾਂ ਨਹੀਂ ਹੋਇਆ 2019 ਚ ਤਾਂ ਨਹੀਂ ਹੋਇਆ 17 ਚ ਆਈ ਹੈ ਸਰਕਾਰ ਆਉਂਦੀ ਹੈ ਠੀਕ ਹੈ ਨਵੀਂ ਬਣਦੀ ਹੈ ਸਰਕਾਰ ਆ ਕੇ ਪਹਿਲਾਂ ਜਦੋਂ ਚੋਣਾਂ ਲੜਦੀ ਹੈ ਤਾਂ ਫੈਸਲਾ ਕਰਦੀ ਹੈ ਕਿ ਅਸੀਂ ਆਹ ਸੌਖਾ ਖਾਂਦੇ ਜੀ ਅਸੀਂ ਨਸ਼ਾ ਖਤਮ ਕਰਦਾਂਗੇ ਉਸ ਤੋਂ ਬਾਅਦ ਐਮਐਲਏ ਬਣਦੇ ਨੇ ਕੈਬਨਿਟ ਬਣ ਜਾਂਦੀ ਹੈ ਸਾਰਾ ਕੁਝ ਸਰਕਾਰ 'ਚ ਆ ਜਾਂਦੇ ਨੇ ਉਸੇ ਟਾਈਮ ਅਗਰ ਕਾਰਵਾਈ ਨਹੀਂ ਹੁੰਦੀ ਜਿੰਨਾ ਟਾਈਮ ਕੈਪਟਨ ਮਨਿੰਦਰ ਸਿੰਘ ਨੇ ਦਿੱਤਾ ਸੀਗਾ ਉਦੋਂ ਐਮਐਲਏ ਕਿੱਥੇ ਸੀਗੇ ਉਦੋਂ ਕਿਉਂ ਨਹੀਂ ਆਵਾਜ਼ ਚੱਕਦੇ ਇਹ ਚੋਣਾ ਦੇ ਨੇੜੇ ਆ ਕੇ ਕਿਉਂ ਇਹ ਹੱਲਾ ਗੁੱਲਾ ਸ਼ੋਰ ਸ਼ਰਾਬਾ ਕਰ ਲਿਆ ਜਾਂਦਾ ਇਸ ਇਹ ਮਤਲਬ ਇੱਕ ਵੈਸੇ ਕਹਿ ਲਓ ਇਹਨੂੰ ਵੀ ਇਹ ਇੱਕ ਮੰਨਣਯੋਗ ਗੱਲ ਤਾਂ ਨਹੀਂ ਹੈਗੀ ਪਰ ਹੁੰਦਾ ਸਾਰਾ ਕੁਝ ਚੋਣਾ ਦੇ ਵੇਲੇ ਮਨਿੰਦਰ ਤੁਹਾਨੂੰ ਕੀ ਲੱਗਦਾ ਕੋਈ ਰਾਜਸੀ ਤੌਰ ਤੇ ਲਾਹਾ ਲੈਣ ਦੇ ਲਈ ਇਹ ਕੁਝ ਕੀਤਾ ਸੁਖਵਿੰਦਰ ਮੈਂ ਇੱਥੇ ਰਜ਼ਾਮੰਦ ਨਹੀਂ ਇਸ ਗੱਲ ਤੋਂ ਕਿਉਂਕਿ ਮੈਂ ਆਦਤਾਂ ਦੀ ਗੱਲ ਕੀਤੀ ਹੈ ਲੀਡਰਾਂ ਦੀ ਕੁਲਬੀਰ ਸਿੰਘ ਜੀਰਾ ਹੋਣਾ ਹੈ ਜਦੋਂ ਹਜੇ 2 ਮਹੀਨੇ ਹੀ ਹੋਏ ਸੀ ਸਰਕਾਰ ਬਣਿਆ ਇਹਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਖਿਲਾਫ ਆਵਾਜ਼ ਉਠਾਤੀ ਤਾਂ ਜਿਹੜੀ ਨਸ਼ਿਆਂ ਦੀ ਗੱਲ ਹੈ ਨਸ਼ਿਆਂ ਦੀ ਗੱਲ ਤਾਂ ਕਾਲੀਆਂ ਵੇਲੇ ਵੀ ਚੱਲਦੀ ਰਹੀ ਹੈ 10 ਸਾਲ ਉਦੋਂ ਕਈ ਵੱਡੇ ਆਗੂਆਂ ਦੇ ਨਾਮ ਆਏ ਨੇ ਔਰ ਅੱਜ ਤੱਕ ਉਹ ਸਰਕਾਰ ਬਦਨਾਮ ਇਸੇ ਚੀਜ਼ ਲਈ ਹੋਈ ਹੈ ਕਿ ਭਾਈ ਇਹਨਾਂ ਨੇ ਨਾਥ ਨਹੀਂ ਪਾਈ ਉਸ ਚੀਜ਼ ਨੂੰ ਓਵਰਕਮ ਕਰਨ ਲਈ ਕਾਂਗਰਸ ਸਰਕਾਰ ਬਾਰ ਬਾਰ ਦੱਸ ਰਹੀ ਹੈ ਕਿ ਜੀ ਇੰਨਾ ਚਿੱਠਾ ਹੈ ਜੀ ਅਸੀਂ ਇੰਨੇ ਲੋਕਾਂ ਦਾ ਨਸ਼ਾ ਛਡਾਤਾ ਇੰਨੇ ਵਿੱਚੋਂ ਹੇਰੋਇਨ ਵਾਲੇ ਸੀ ਜੀ ਇੰਨੇ ਦਾਰੂ ਵਾਲੇ ਸੀ ਜੀ ਇੰਨੇ ਗੋਲੀਆਂ ਵਾਲੇ ਸੀ ਜੀ ਪਰ ਗੱਲ ਇਹ ਹੈ ਕਿ ਇਹ ਸਪਲਾਈ ਕਿੱਥੋਂ ਹੁੰਦਾ ਆ ਇਹ 댓 ਮੀਨਸ ਇਹ ਪਿਛਲੇ 12-15 ਸਾਲਾਂ ਤੋਂ ਸ਼ਰੇਆਮ ਸਪਲਾਈ ਹੁੰਦਾ ਆ ਰਿਹਾ ਸਿਰਫ ਇਹਦੇ ਰੇਟ ਵਧੇ ਨੇ ਜਦੋਂ ਸ਼ਕਤੀ ਹੁੰਦੀ ਹੈ ਤਾਂ ਨਸ਼ੇ ਦੇ ਰੇਟ ਵੱਧ ਜਾਂਦੇ ਨੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਨਾ ਜਿਹੜਾ ਜਿਹੜੀ ਗੱਲ ਆਪਾਂ ਕਰ ਰਹੇ ਆ ਉਹਦੇ ਵਿੱਚ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਜਿਹੜਾ ਹੈਗਾ ਉਹ ਇਹ ਸੀਗਾ ਕਿ ਮੈਂ ਨਸ਼ੇ ਦੀ ਸਪਲਾਈ ਦੀ ਲੱਕ ਤੋੜ ਦੂੰਗਾ ਉਹਦਾ ਤੇ ਉਹ ਅੱਜ ਤੱਕ ਨਹੀਂ ਟੁੱਟਿਆ ਰੇਟ ਨਸ਼ੇ ਦੇ ਵਿੱਚ ਅਸੀਂ ਨਸ਼ਾ ਛਡਾਤਾ ਇਹ ਨਸ਼ਾ ਛਡਾਉਣ ਵਾਲੀ ਕਿਹੜੀ ਗੱਲ ਹੈ ਇਹਦੇ 'ਚ ਤੁਸੀਂ ਨਸ਼ਾ ਸਪਲਾਈ ਬੰਦ ਕਰੋ ਨਾ ਜਿਹੜੀ ਜਿਹੜਾ ਵਾਅਦਾ ਕੀਤਾ ਕੇ ਅਸੀਂ ਉਹ ਤਾਂ ਇਹ ਸੀ ਨਾ ਜੇ ਉਹ ਨਹੀਂ ਨਸ਼ਾ ਉਸ ਸਮੇਂ ਦੇ ਵਿੱਚ ਬੰਦ ਹੋਇਆ ਕਿਉਂਕਿ ਪਾਰਟਿਕੂਲਰ ਇੱਕ ਦਿਨ ਜਿਹੜੇ ਮਿੱਥੇ ਗਏ ਸੀ ਕਿ ਇੰਨੇ ਸਮੇਂ ਚ ਚਾਰ ਹਫ਼ਤੇ ਚ ਜਾਂ ਕਿੰਨੇ ਚ ਮੈਂ ਨਸ਼ਾ ਤੋੜ ਤੋੜ ਦੂੰਗਾ ਚੇਨ ਤੋੜ ਦੇ ਕੋ ਉਹੀ ਵਾਦੇ ਸੁਖਵੀਰ ਬਾਦਲ ਦੇ ਵੀ ਸੀਗੇ ਹਾਂ ਤੇ ਉਹ ਅਰਵਿੰਦਰ ਇਹ ਤੇ ਵੱਡਾ ਸਵਾਲ ਜਿਹੜਾ ਤੁਸੀਂ ਖੜਾ ਕੀਤਾ ਸੀ ਕਿ ਨਸ਼ੇ ਦਾ ਰੇਟ ਹੋਰ ਵੱਧ ਗਿਆ ਉਹਨਾਂ ਦੀ ਚਾਂਦੀ ਬਣਾ ਦਿੱਤੀ ਪਰ ਲੋਕਾਂ ਦਾ ਤਾਂ ਕੁਝ ਨਹੀਂ ਨਾ ਬਣਿਆ ਉਹ ਤਾਂ ਵਿਚਾਰੇ ਕੋਈ ਨਸ਼ਾ ਛਡਾਊ ਕੇਂਦਰ ਜਿਹੜੇ ਚੱਕੇ ਨੇ ਉਹ ਵੀ ਕਿਹਾ ਜਾਂਦਾ ਪੁਲਿਸ ਨੇ ਉਹੀ ਚੱਕਲੇ ਜਿਹੜੇ ਨਸ਼ਾ ਕਰਦੇ ਸੀ ਤਸਕਰਾਂ ਨੂੰ ਨਹੀਂ ਚੱਕਿਆ ਹਾਲਾਂਕਿ ਡੀਜੀਪੀ ਮੁਸਤਫਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਅ ਮੱਚ ਕੋਈ ਨਹੀਂ ਬਚਿਆ ਪਰ ਉਹ ਤਾਂ ਹਲੇ ਵੀ ਉਵੇਂ ਹੀ ਕੋ ਮਰੇ ਨੇ ਜੀ ਬਿਲਕੁਲ ਜੇ ਨਸ਼ਾ ਛਡਾਊ ਕੇਂਦਰ ਚੱਲ ਰਹੇ ਨੇ ਤਾਂ ਨਸ਼ਿਆਂ ਕਰਕੇ ਚੱਲ ਰਹੇ ਨੇ ਜੀ ਦੂਜੀ ਗੱਲ ਇਹ ਹੈ ਕਿ ਜੇ ਰੇਟ ਵਧਦੇ ਨੇ ਰੇਟੇਸ਼ਨ ਹੀ ਵਧਦੇ ਨੇ ਪੁਲਿਸ ਦੀ ਦਬਿਸ਼ ਵਾਧੀ ਹੈ ਨੋ ਡਾਊਟ ਸਰਕਾਰ ਨੇ ਕੁਝ ਕੰਟਰੋਲ ਕੀਤਾ ਆ ਤਾਂ ਹੀ ਕਰਕੇ ਰੇਟ ਵਧਦੇ ਨੇ ਕਿਉਂਕਿ ਹਰ ਇੱਕ ਚੀਜ਼ ਮਿਲਣੀ ਔਕੀ ਹੋ ਜਾਂਦੀ ਹੈ ਜਦੋਂ ਚੀਜ਼ ਔਕੀ ਮਿਲਣੀ ਹੈ ਜਾਂ ਮਹਿੰਗੀ ਮਿਲਣੀ ਹੈ ਤਾਂ ਕੋ ਟੋਕਾ ਟੋ ਗਰੀਬ ਬੰਦਾ ਜਿਹੜਾ ਖਰੀਦ ਨਹੀਂ ਸਕਦਾ ਜਿਹੜਾ ਨਸ਼ੇ ਕਰਕੇ ਆਪਣਾ ਘਰ-ਬਾਰ ਬਰਬਾਦ ਕਰ ਰਿਹਾ ਤਾਂ ਉਹ ਹੌਲੀ-ਹੌਲੀ ਨਸ਼ਾ ਛੱਡਣ ਨਾਲ ਲੰਦਾ ਕਿ ਭਾਈ ਹੁਣ ਤਾਂ ਇਹ ਚੀਜ਼ ਮਿਲਦੀ ਨਹੀਂ ਹੈ ਜਾਂ ਬਹੁਤ ਮਹਿੰਗੀ ਹੋ ਗਈ ਮੇਰੀ ਪਹੁੰਚ ਤੋਂ ਬਾਹਰ ਹੈ ਤਾਂ ਮੈਨੂੰ ਛੱਡਣੀ ਚਾਹੀਦੀ ਹੈ ਇਹ ਜਿਹੜੇ ਨਸ਼ਾ ਤਸਕਰ ਨੇ ਔਰ ਸਰਕਾਰ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਰਹਿਣੀ ਸੰਭਵ ਹੈ ਔਰ ਇਹ ਸੁਭਾਵਕ ਚੀਜ਼ ਹੈ ਕਿ ਜਿੰਨੀ ਸਰਕਾਰ ਸਖਤੀ ਕਰੂਗੀ ਉਹਨਾਂ ਉਹ ਹੋਰ ਤਰੀਕੇ ਅੱਡ-ਅੱਡ ਲੱਭਣਗੇ ਕਿਉਂਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਰਿਕਾਰਡ ਰਿਹਾ ਹੈ ਆ ਕਿ ਪਿੰਡਾਂ ਦੇ ਪਿੰਡ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਪਿੱਛੇ ਜੇ ਇੱਕ ਇਨਚਾਰਜ ਨੂੰ ਚੌਂਕੀ ਇਨਚਾਰਜ ਨੂੰ ਜਾਂ ਥਾਣਾ ਇਨਚਾਰਜ ਨੂੰ ਵੀ ਸਸਪੈਂਡ ਕੀਤਾ ਗਿਆ ਪਟਿਆਲੇ ਦੇ ਨੇੜੇ ਬੜਾ ਵੱਡਾ ਕਦਮ ਸੀ ਉਹ ਪੂਰੇ ਪਿੰਡ ਦੇ ਵਿੱਚ ਰੇਡ ਕਰਨੀ ਔਰ ਉਸ ਪੁਲਿਸ ਕਰਮਚਾਰੀ ਨੂੰ ਸਸਪੈਂਡ ਕਰਨਾ ਜਿਹਦੇ ਅੰਡਰ ਉਹ ਪਿੰਡ ਆਂਦਾ ਹੈ ਕਿ ਭਾਈ ਇੱਥੇ दारू ਕਿੱਦਾਂ ਨਿਕਲਦੀ ਹੈ ਇਲਾਹਣ ਕਿੱਦਾਂ ਨਿਕਲਦਾ ਉਹ ਬੜਾ ਵੱਡਾ ਸਟੈਪ ਸੀ ਉਹ ਪੁਲਿਸ ਦੀ ਚੰਗੀ ਕਾਰਵਾਈ ਸੀ ਦੂਜੇ ਪਾਸੇ ਜੇ ਨਸ਼ਿਆਂ ਦੀ ਦੂਜੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਨੇ ਗੁਨਾਸ਼ਾ ਜ਼ਰੂਰੀ ਨਹੀਂ ਹੈ ਕਿ ਇੰਡੀਆ ਤੋਂ ਬਾਹਰੋਂ ਹੀ ਆ ਰਹ ਜਾਫਰੋਜਪੁਰ ਰੇਂਜ 'ਚ ਮਿਲਣਾ ਹੈ ਜਾਂ ਪਾਕਿਸਤਾਨ ਤੋਂ ਜਾਣਾ ਹੈ ਸਾਡੇ ਇੱਥੇ ਫੈਕਟਰੀਆਂ ਨੇ ਬੱਦੀ ਚਲੇ ਜੋ ਪੰਜਾਬ ਦੇ ਬਾਰਡਰ ਤੇ ਪਈ ਹੈ ਤੇ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਂਦੀ ਆ ਪੁਲਿਸ ਨੂੰ ਕਿਉਂ ਨਹੀਂ ਨਜ਼ਰ ਆਉਂਦੀ ਸਰਕਾਰ ਸਰਕਾਰ ਨੂੰ ਨਜ਼ਰ ਆ ਰਹੀਆਂ ਨੇ ਇਹ ਜਿਹੜਾ ਜਗਦੀਸ਼ ਭੋਲੇ ਵਾਲਾ ਕੇਸ ਸੀਗਾ ਉਹਦੇ 'ਚ ਵੀ ਕਈ ਵੱਡੀਆਂ ਕੰਪਨੀਆਂ ਇਨਵੋਲਵ ਹੋਈਆਂ ਸੀਗੀਆਂ ਕੋਰਟ ਕੇਸ ਚੱਲ ਰਿਹਾ ਉਹਦੇ ਬਾਰੇ ਆਪਾਂ ਬਹੁਤੀਆਂ ਟਿੱਪਣੀਆਂ ਹਜੇ ਕਰ ਨਹੀਂ ਸਕਦੇ ਤੇ ਕਈ ਬੱਦੀ ਦੀਆਂ ਫੈਕਟਰੀਆਂ ਜਿਹੜੀਆਂ ਸਰਦਾਰ ਮਾਨ ਜਦੋਂ ਐਸਐਸਪੀ ਹੁੰਦੇ ਸੀਗੇ ਉਹਨਾਂ ਨੇ ਜਦੋਂ ਦਬਿਸ਼ ਕਰਨੀ ਸ਼ੁਰੂ ਕੀਤੀ ਸੀਗੀ ਨਸ਼ਾ ਛਡਾਊ ਮਹਿੰਮ ਜਿਹੜੀ ਉਹਨੇ ਚਲਾਈ ਸੀ ਕਿ ਨਸ਼ਾ ਤਸਕਰਾਂ ਦਾ ਮੈਂ ਲੱਕ ਤੋੜ ਦੂੰਗਾ ਜਿਹੜਾ ਅਮਰਿੰਦਰ ਸਿੰਘ ਹੁਣਾਂ ਨੇ ਬਾਅਦ ਚ ਵਾਦਾ ਕੀਤਾ ਉਹ ਅਕਾਲੀਆਂ ਵੇਲੇ ਸ਼ੁਰੂ ਹੋ ਗਿਆ ਸੀਗਾ 노 ਡਾਊਟ ਪਰ ਉਦੋਂ ਬੱਦੀਆਂ ਵੀ ਕਈ ਕੰਪਨੀਆਂ ਦੇ ਉੱਤੇ ਗਾਜ਼ ਡਿਗਣੀ ਲਾਜ਼ਮੀ ਦਿਖ ਰਹੀ ਸੀ ਤੇ ਪਰਮਿੰਦਰ ਇੱਕ ਹੋਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਨਸ਼ਾ ਲਗਾਤਾਰ ਆ ਰਿਹਾ ਓਵੇਂ ਹੀ ਆ ਰਿਹਾ ਮੁਹੰਮਦ ਮੁਸਤਾਫਾ ਕਹਿੰਦੇ ਨੇ ਕਿ ਅਸੀਂ ਮਗਰ ਮੱਛਾ ਨੂੰ ਮਤਲਬ ਕੋਈ ਵੀ ਨਹੀਂ ਛੱਡਿਆ ਹੁਣ ਤੇ ਪਰ ਫਿਰ ਵੀ ਨਸ਼ਾ ਆ ਰਿਹਾ ਕਿੱਥੋਂ ਆ ਰਿਹਾ ਕਿਵੇਂ ਇਹ ਚੀਜ਼ਾਂ ਕਿਵੇਂ ਪੈਦਾ ਹੋ ਰਹੀਆਂ ਫਿਰ ਵੀ ਇਹੀ ਪੁਲਿਸ ਦੇ ਸਿੱਤੇ ਸਵਾਲ ਖੜੇ ਕਰਦਾ ਨਾ ਜੇ ਮਗਰਮਾਚ ਕੋਈ ਛੱਡਿਆ ਨਹੀਂ ਜਾਂ ਬਚਿਆ ਨਹੀਂ ਤਾਂ ਇਹ ਨਸ਼ਾ ਸਪਲਾਈ ਕਿੱਥੋਂ ਹੋ ਰਿਹਾ ਇਹ ਤਾਂ ਬਹੁਤ ਵੱਡਾ ਸਵਾਲ ਹੈ ਜਵਾਬ ਕਿਤੇ ਤਾਂ ਸਮੁੰਦਰ ਹੈ ਨਾ ਦੇਖੋ ਪਹਿਲਾਂ ਇਹ ਹੀ ਦੱਸ ਦਿੰਦਾ ਵੀ ਛੱਡਿਆ ਤਾਂ ਛੱਡੋ ਤੁਸੀਂ ਫੜਿਆ ਕਿਹੜਾ ਉਹ ਦੱਸੋ ਸਾਬਤ ਕਰੋ ਵੀ ਆਹ ਦੇਖੋ 1 ਗ੍ਰਾਮ 2 ਗ੍ਰਾਮ ਫੜ ਲਈ ਕਿਸੇ ਤੋਂ ਹੈਰੋਇਨ ਫੜ ਲਈ ਉਹਨੂੰ ਤਾਂ ਚੱਕ ਕੇ ਅੰਦਰ ਦੇਤਾ ਉਹਦੇ ਕੋਲ ਆਈ ਕਿੱਥੋਂ ਉੱਥੋਂ ਸਪਲਾਈ ਹੋ ਰਹੀ ਹੈ ਕਿੱਥੋਂ ਆਈ ਕਿਤੇ ਬਾਰਡਰ ਰੇਂਜ ਦੇ ਵਿੱਚ ਦੇਖੋ ਜਿੱਥੇ ਪੰਜਾਬ ਨਾਲ ਜਿਹੜੇ ਬਾਰਡਰ ਲੱਗਦੇ ਨੇ ਹੋਰ ਸਟੇਟਾਂ ਦੇ ਲੱਗਦੇ ਨੇ ਜਿੰਨਾ ਤੇ ਉਹਨਾਂ ਦੇ ਵਿੱਚ ਕਿੰਨੇ ਕੁ ਸਖਤਾਈ ਕੀਤੀ ਆ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਸਿਹਤ ਡਿਪਾਰਟਮੈਂਟ ਬੈਠਾ ਹੈ ਠੀਕ ਹੈ ਕਿੰਨੇ ਕੁ ਇਹਨਾਂ ਨੇ ਜਿਹੜੀ ਆ ਆ ਮੈਡੀਕਲ ਨਸ਼ਾ ਜਿਹੜਾ ਹੈਗਾ ਕਿੰਨਾ ਕੁ ਇਹਨਾਂ ਨੇ ਫੜ ਲਿਆ ਜਾਂ ਕਿੰਨੇ ਕੁ ਦੇ ਉੱਤੇ ਕਾਰਵਾਈ ਕੀਤੀ ਉਹ ਦੱਸਣਾ ਇਹ ਤਾਂ ਨਾ ਦੱਸਣ ਵੀ ਛੱਡਿਆ ਹੀ ਨਹੀਂ ਕੋਈ ਛੱਡਣ ਦਾ ਕੀ ਮਤਲਬ ਤੁਸੀਂ ਦੱਸੋ ਵੀ ਆ ਬੰਦੇ ਸੀਗੇ ਇਹਨਾਂ ਕੋਲ ਇੰਨਾ ਨਸ਼ਾ ਸੀਗਾ ਇਹਨਾਂ ਦੀਆਂ ਆ ਫੈਕਟਰੀਆਂ ਸੀਗੀਆਂ ਅਸੀਂ ਸੀਲ ਕਰਤੀਆਂ ਆ ਇਹ ਬੰਦੇ ਜ ਕਿੰਨੇ ਹੀ ਦੇਸ਼ਾਂ ਦੇ ਵਿੱਚ ਸਖਤ ਕਾਨੂੰਨ ਨੇ ਤੁਸੀਂ ਇੱਕ ਬੰਦੇ ਤੇ ਇੱਕ 2 ਗ੍ਰਾਮ 5 ਗ੍ਰਾਮ ਵਾਲੇ ਤੇ ਕਾਰਵਾਈ ਕਰਤੀ ਕਿਸੇ ਐਸਆਈ ਨੂੰ ਕਿਸੇ ਪੁਲਿਸ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਇੱਕ ਦੋ ਗ੍ਰਾਮ ਤਾਂ ਨਸ਼ਾ ਹੁੰਦਾ ਨਹੀਂ ਨਾ ਉਸ ਤੋਂ ਵੱਧ ਹੋਣਾ ਤਾਂ ਹੀ ਵੰਡਿਆ ਜਾਂਦਾ ਇੱਕ ਦੋ ਗੱਲ ਕਰਦਾ ਇਹਨਾਂ ਤੇ ਕਾਰਵਾਈ ਕਰਕੇ ਜੇ ਤੁਸੀਂ ਕੰਨ ਵੀ ਹਾਂ ਸਾਡੇ ਸਟਾਰ ਲੱਗ ਜਾਣ ਉਹ ਤਾਂ ਗੱਲ ਨਹੀਂ ਨਾ ਹੈ ਗੱਲ ਤਾਂ ਹੈਗੇ ਵੀ ਤੁਸੀਂ ਇਹ ਸ਼ੋਅ ਕਰੋ ਵੀ ਆਹ ਬੰਦੇ ਸੀਗੇ ਇਹਨਾਂ ਦਾ ਇਹ ਸਮੱਗਲਿੰਗ ਦੀ ਇਹਨਾਂ ਦੀ ਚੇਨ ਸੀ ਅਸੀਂ ਇੱਥੋਂ ਫੜੀ ਐਂਡ ਤੱਕ ਤੋੜਦੀ ਉਹ ਗੱਲ ਕਿਤੇ ਨਹੀਂ ਹੈ ਉਹ ਦੇਖਣ ਤੇ ਨਹੀਂ ਆ ਰਹੀ ਹੈਗੀ ਸਿਰਫ ਛੋਟੇ ਬੰਦੇ ਨੂੰ ਫੜ ਕੇ ਇਹ ਆਪਣੇ ਵਾਵਾ ਜਿਹੜੀ ਹੈਗੀ ਸ਼ਾਬਾਸ਼ੀ ਲੈਣੀ ਚਾ ਰਹੇ ਨੇ ਹੋਰ ਕੁਝ ਫਿਲਹਾਲ ਨਸ਼ਾ ਉਸਦਾ ਹੀ ਹੈ ਜਿੱਦਾਂ ਇੱਕ ਰੇਟ ਇੱਕ ਰੇਟ ਵਧੇ ਸੀ ਜਿੱਦਾਂ ਆਪਾਂ ਗੱਲ ਕਰਦੇ ਸੀ ਗ੍ਰੇਟ ਵੱਧ ਕੇ ਅਰਵਿੰਦਰ ਨੇ ਗੱਲ ਕੀਤੀ ਹੈ ਉਹਦਾ ਉਹਦਾ ਨੁਕਸਾਨ ਕਿੰਨਾ ਚਲਣਾ ਪਿਆ ਪੰਜਾਬ ਨੂੰ ਪਰਮਿੰਦਰ ਸਮਾਂ ਘਟਾ ਅਰਵਿੰਦਰ ਕੁਝ ਕਹਿਣਾ ਚਾਹੁੰਦੇ ਰਹੋ ਜੀ ਦੇ ਵਿੱਚ ਇੱਕ ਗੱਲ ਦੱਸਦਾ ਕਿ ਜਿਹੜੀਆਂ ਫੈਕਟਰੀਆਂ ਦੇ ਵਿੱਚ ਜਿਹੜੀਆਂ ਦਵਾਈਆਂ ਬਣਾਉਂਦੀਆਂ ਨੇ ਸਾਡੇ ਬਿਮਾਰੀਆਂ ਲਈ ਟੈਬਲੇਟਸ ਬਣਦੀਆਂ ਨੇ ਉੱਥੇ ਕਨਸੈਂਟ੍ਰੇਟ ਪਏ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਜਿਹੜਾ ਅਸੀਂ ਕਹਿੰਨੇ ਕਿ ਉਹ ਖੂਹ ਕਿੱਥੇ ਆ ਉਹ ਕੇਂਦਰ ਕਿੱਥੇ ਆ ਤਾਂ ਇਹਨਾਂ ਦੇ ਉੱਤੇ ਚੈੱਕ ਰੱਖਣਾ ਬਹੁਤ ਜ਼ਰੂਰੀ ਹੈ ਸਰਕਾਰਾਂ ਦਾ ਔਰ ਸ਼ਾਇਦ ਸਰਕਾਰਾਂ ਇਸ ਪਾਸੇ ਧਿਆਨ ਕਰ ਵੀ ਰਹੀਆਂ ਨੇ ਜਾਂ ਉਹਨਾਂ ਨੂੰ ਪਤਾ ਹੈ ਧਿਆਨ ਕਰਨੀ ਹੈ ਨਾ ਕਰਨੀ ਵੱਖਰੀ ਗੱਲ ਪਰ ਸਰਕਾਰਾਂ ਨੂੰ ਪਤਾ ਹੈ ਕਿ ਇਹ ਸਿੰਥੈਟਿਕ ਨਸ਼ਾ ਬਣ ਰਿਹਾ ਜਿਹਨੂੰ ਅਸੀਂ ਚਟਾ ਕਹਿੰਦੇ ਆ ਸਮੈਕ ਕਹਿੰਦੇ ਆ ਹੈਰੋਇਨ ਕਹਿੰਦੇ ਆ ਇਹ ਕੋ ਹੁਣ ਬਹੁਤੀ ਬਾਹਰੋਂ ਨਹੀਂ ਆਉਣ ਦੀ ਲੋੜ ਇਹ ਚਾਰ ਦਵਾਈਆਂ ਮਿਕਸ ਕਰਕੇ ਸਿੰਥੈਟਿਕ ਨਸ਼ਾ ਜਿਹੜਾ ਵਿਕ ਰਿਹਾ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਪੰਜਾਬ ਦੀ ਜਵਾਨੀ ਦਾ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਰਿਪੋਰਟ ਦੇਖੀ ਹੋਣੀ ਨਸ਼ਾ ਛਡਾਊ ਕੇਂਦਰਾਂ ਦੀ ਉਹਦੇ ਵਿੱਚ ਵੀ ਸਵਾਲ ਖੜੇ ਹੋਏ ਸੀ ਕਿ ਉੱਥੇ ਜਿਹੜੀਆਂ ਦਵਾਈਆਂ ਜਾ ਰਹੀਆਂ ਉਹ ਵੀ ਇੱਕ ਤਰੀਕੇ ਨਾਲ ਨਸ਼ਾ ਹੀ ਪੈਦਾ ਕਰ ਰਹੀਆਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਦਿੱਤਾ ਜਾਂਦਾ ਉਹਦੇ ਆਦੀ ਹੋ ਗਏ ਨੇ ਦੇਖੋ ਮੈਂ ਕਈ ਨਸ਼ਾ ਛਡਾਊ ਕੇਂਦਰਾਂ ਵਾਲਿਆਂ ਨਾਲ ਮਿਲਿਆ ਸੀ ਪਿੱਛੇ ਰਿਪੋਰਟਾਂ ਵੀ ਪੇਸ਼ ਕੀਤੀਆਂ ਨੇ ਆਪਣੇ ਟੀਵੀ ਦੇ ਉੱਤੇ ਔਰ ਉਹ ਨਸ਼ਾ ਛਡਾਊ ਕੇਂਦਰਾਂ ਵਾਲੇ ਸਭ ਤੋਂ ਪਹਿਲਾਂ ਨੀਂਦੀਆਂ ਗੋਲੀਆਂ ਦਾ ਲਾਂਦੇ ਆ ਕਿ ਭਾਈ ਪੰਜ ਚਾਰ 10 ਦਿਨ ਜਿੰਨਾ ਚਿਰ ਨਹੀਂ ਨਸ਼ਾ ਬੰਦਾ ਛੱਡਦਾ ਤਾਂ ਨਸ਼ੇ ਦੀਆਂ ਗੋਲੀਆਂ ਦੋ ਪਰ ਇੱਕ ਬੰਦਾ दारू ਛੱਡ ਕੇ ਨਸ਼ੇ ਦੀਆਂ ਨੀਂਦ ਦੀਆਂ ਗੋਲੀਆਂ ਤੇ ਲੱਗ ਜੇ ਨੀਂਦ ਦੀਆਂ ਗੋਲੀਆਂ ਸੌਰੀ ਨਸ਼ੇ ਦੀਆਂ ਗੋਲੀਆਂ ਨੀਂਦ ਦੀਆਂ ਗੋਲੀਆਂ ਤੇ ਲੱਗ ਜੇ ਤਾਂ ਉਹ ਮਾੜੀ ਗੱਲ ਹੈ ਔਰ ਉਹ ਉਹੀ ਨਸ਼ਾ ਉਹਨੂੰ ਦੁਬਾਰਾ ਉਹ ਕੈਰੀ ਆਨ ਕਰਨਾ ਪੈਂਦਾ ਜੇ ਸਰਕਾਰ ਇਸ ਵੇਲੇ ਯੂਕੇ ਦਾ ਮਾਡਲ ਜਾਂ ਬਾਹਰਲਾ ਮਾਡਲ ਅਪਣਾ ਰਹੀ ਹੈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਡੀ ਐਡਿਕਸ਼ਨ ਜਿਹਨੂੰ ਸੈਂਟਰ ਕਹਿੰਦੇ ਆ ਅਸੀਂ ਜੇ ਸਰਕਾਰ ਆਪਣੀ ਸੰਸਕ੍ਰਿਤੀ ਆਪਣੇ ਸੱਭਿਆਚਾਰ ਦੀ ਪਾਲਿਸੀ ਲੈ ਕੇ ਆਵੇ ਧਾਰਮਿਕ ਤਰੀਕੇ ਦੇ ਨਾਲ ਜਿਹੜੇ ਸਿੱਖ ਨੇ ਉਹ ਗੁਰਬਾਣੀ ਦੇ ਆਧਾਰ ਤੇ ਛਡਾਣ ਹਿੰਦੂ ਨੇ ਉਹ ਸੰਸਕ੍ਰਿਤ ਰਮਾਇਣ ਮਹਾਭਾਰਤ ਦੇ ਆਧਾਰ ਤੇ ਛਡਾਣੀਆਂ ਮੰਤਰਾਂ ਦੇ ਬੇਸ ਦੇ ਨਾਲ ਜਾਂ ਮੈਡੀਟੇਸ਼ਨ ਦੇ ਨਾਲ ਛਡਵਾਉਣ ਇਦਾਂ ਹੀ ਬੁੱਧਿਸਟ ਨੇ 크੍ਰਿਸਚੀਅਨਸ ਨੇ ਮੈਡੀ ਸੌਰੀ ਮੈਡੀਟੇਸ਼ਨ ਦੇ ਹਿਸਾਬ ਨਾਲ ਉਹ ਛਡਵਾਉਣ ਜੇ ਆਪਣੀ ਸੰਸਕ੍ਰਿਤੀ ਦੀਆਂ ਪਾਲਿਸੀਜ਼ ਭਾਰਤ ਸਰਕਾਰ ਫੈਬ੍ਰੀਕੇਟ ਕਰੇ ਵੀ ਧਾਰਮਿਕ ਤਰੀਕੇ ਦੇ ਨਾਲ ਅਸੀਂ ਇੱਕ ਬੰਦੇ ਦਾ ਨਸ਼ਾ ਕਿਸ ਤਰੀਕੇ ਨਾਲ ਛਡਾ ਸਕਦੇ ਹਾਂ ਜੇ ਨਾਸਾ ਸਾਨੂੰ ਫਾਲੋ ਕਰਦਾ ਹੈ ਸਾਇੰਸ ਦੇ ਵਿੱਚ ਤਾਂ ਕੀ ਸਾਨੂੰ ਆਪਣੇ ਗ੍ਰੰਥ ਨਹੀਂ ਫਾਲੋ ਕਰਨੇ ਚਾਹੀਦੇ ਇਹ ਛੋਟੀ ਜਿਹੀ ਲਾਣਤ ਤੋਂ ਸਾਨੂੰ ਦੂਰ ਹੋਣ ਲਈ ਪਰਮਿੰਦਰ ਅਖੀਰ ਚ ਦੋ ਟੁਕ ਤੁਸੀਂ ਕਹਿਣਾ ਚਾਹੋਗੇ ਮੈਂ ਪਹਿਲਾਂ ਮੇਰੇ ਗੱਲ ਵਿੱਚ ਰਹਿ ਗਈ ਸੀ ਕਿ ਜਿਹੜਾ ਨਸ਼ਾ ਮਹਿੰਗਾ ਹੋਇਆ ਉਹਦਾ ਨੁਕਸਾਨ ਇਹ ਚੱਲਣਾ ਪਿਆ ਕਿ ਆ ਜਿਹੜਾ ਸਿੰਥੈਟਿਕ ਨਸ਼ੇ ਦੀ ਗੱਲ ਆ ਰਹੀ ਹੈ ਇਹ ਬਾਜ਼ਾਰ ਚ ਆ ਗਿਆ ਬਹੁਤ ਵੱਡੀ ਮਾਤਰਾ ਚ ਆ ਗਿਆ ਸਸਤਾ ਹੋ ਕੇ ਆ ਗਿਆ ਇਹ ਇਹਦੀ ਓਵਰਡੋਜ਼ ਹੋਣ ਲੱਗੀ ਓਵਰਡੋਜ਼ ਨਾਲ ਕਿੰਨੇ ਹੀ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਆ ਉਹ ਉਹਨੂੰ ਜਿਹੜੇ ਨੌਜਵਾਨ ਮਰ ਚੁੱਕੇ ਆ ਉਹਨਾਂ ਦੇ ਅੰਕੜੇ ਕਿੱਥੇ ਨੇ ਉਹਨਾਂ ਦੇ ਅੰਕੜੇ ਪੇਸ਼ ਹੋਣੇ ਚਾਹੀਦੇ ਨੇ ਕਿ ਆਹ ਦੇਖੋ ਇੰਨੇ ਨੌਜਵਾਨ ਮਰ ਚੁੱਕੇ ਆ ਉਹ ਸਰਕਾਰ ਕਿਉਂ ਨਹੀਂ ਜ਼ਿੰਮਾ ਲੈਂਦੀ ਜ਼ੀਰਾ ਨੇ ਤਾਂ ਕਿਹਾ ਕਿ 40% ਨਸ਼ਾ ਹੈਗਾ ਪੰਜਾਬ 'ਚ ਮੁਸਤਾਫਾ ਕਹਿੰਦੇ ਨੇ ਕਿ 10% ਰਹਿ ਗਿਆ ਦੇਖੋ ਅੱਜ ਦਾ ਜੇ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤਾਂ 89% ਜਿਹੜਾ ਹੈਗਾ ਉਹ ਲੋਕ ਨਸ਼ੇ ਦੇ ਵਿੱਚ ਗਲਤ ਨੇ ਜਿਨ੍ਹਾਂ ਦੇ ਵਿੱਚ 54% ਤਾਂ ਲੋਕ ਕਹਿੰਦੇ ਆ ਵੀ ਪੜ੍ਹੇ ਲਿਖੇ ਨੇ ਠੀਕ ਹੈ ਉਹ ਉਹ ਲੋਕਾਂ ਦਾ ਉਹ ਲੋਕਾਂ ਦੇ ਅੰਕੜੇ ਕਿਉਂ ਨਹੀਂ ਸਾਹਮਣੇ ਲੈ ਕੇ ਜਾਂਦੇ ਉਹਨਾਂ ਨੂੰ ਅੰਕੜੇ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਤੁਸੀਂ ਸੁਧਾਰਨ ਦੀ ਗੱਲ ਕਰਦੇ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਪੁੱਛਦੇ ਕਿ ਕਿੱਥੋਂ ਨਸ਼ਾ ਲਿਆ ਜਾ ਰਿਹਾ ਹੈ ਤਾਂ ਉਸ ਚੌਕੀ ਇੰਚਾਰਜ ਨੂੰ ਉਸ ਥਾਣੇ ਦੇ ਜਿਹੜਾ ਐਸਐਚਓ ਹੈ ਉਹਨਾਂ ਨੂੰ ਕਿਉਂ ਨਹੀਂ ਉਹਦੇ ਵਿੱਚ ਲਿਆ ਜਾਂਦਾ ਸਕੰਜੇ ਦੇ ਵਿੱਚ ਵੀ ਇਹ ਇਹ ਤੇਰੇ ਇਲਾਕੇ ਦਾ ਬੰਦਾ ਮਰ ਗਿਆ ਇਹਦੇ ਕੋਲ ਨਸ਼ਾ ਕਿੱਥੋਂ ਆਇਆ ਜਦੋਂ ਕਿ ਹਰ ਇੱਕ ਮਾਈਕ ਮੋਟਰਸਾਈਕਲ ਚੋਰੀ ਹੋ ਜਾਏ ਜਾਂ ਸਾਈਕਲ ਚੋਰੀ ਹੋ ਜਾਏ ਬੰਦੇ ਫੜ ਕੇ ਅੰਦਰ ਕਰ ਦਿੰਦੇ ਆ ਨਸ਼ੇ ਦੀ ਗੱਲ ਤੇ ਕਿਉਂ ਚੁੱਪ ਨੇ ਸਾਰੇ ਕਿਉਂ ਨਹੀਂ ਉਹਨਾਂ ਚੇਨ ਨੂੰ ਤੋੜਨ ਦੀ ਕੋਸ਼ਿਸ਼ ਬਹੁਤ ਬਹੁਤ ਸ਼ੁਕਰੀਆ ਸਵਾਲ ਇਹੀ ਲਗਾਤਾਰ ਸਰਕਾਰ ਤੇ ਖੜੇ ਹੁੰਦੇ ਨੇ ਕਿ ਨਸ਼ੇ ਦੀ ਗੱਲ ਨੂੰ ਲੈ ਕੇ ਸਰਕਾਰ ਕਿਉਂ ਚੁੱਪ ਹੈ ਜਦੋਂ ਪਤਾ ਹੈ ਕਿ ਪੁਲਿਸ ਦੀ ਛਾਇਆ ਫਿਰ ਸਰਕਾਰ ਉਹਤੇ ਐਕਸ਼ਨ ਕਿਉਂ ਨਹੀਂ ਲੈਂਦੀ ਆਪਣੀ ਐਮਐਲਏ ਦੀ ਬਲੀ ਲੈ ਲਈ ਜਿੱਦਾਂ ਖਾਮਿਆਜ਼ਾ ਸ਼ਾਇਦ ਸਰਕਾਰ ਨੂੰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਭੁਗਤਣਾ ਪਵੇਗਾ ਇਜਾਜ਼ਤ ਦਿਓ ਧੰਨਵਾਦ